ਪੰਜਾਬ ਸਰਕਾਰ ਦੀ ਸਰਕਾਰੀ ਗੱਡੀ ਦੇ ਵਿੱਚ ਪੀਲੇ ਰੰਗ ਦੀ ਦਸਤਾਰ ਸਜਾਈ ਬੈਠੇ ਇਹ ਨੇ ਨਾਭਾ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਲਜੀਤ ਕੌਰ ਖਾਲਸਾ, ਜਿਨ੍ਹਾਂ ਨੇ ਤੜਕਸਾਰ ਹੀ BDPO ਦਫ਼ਤਰ ਵਿਖੇ ਛਾਪਾ ਮਾਰ ਦਿੱਤਾ, ਜਿਸ ਦੌਰਾਨ ਸਾਰੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਪਰ ਕਈ ਅਜਿਹੇ ਮੁਲਾਜ਼ਮ ਵੀ ਸਨ ਜੋ ਕਿ ਕੰਮ ਚੋਰ ਸੀ, ਗੈਰ ਹਾਜ਼ਰ ਸੀ ਅਤੇ ਕਈ ਆਪਣੀ ਡਿਊਟੀ 'ਤੇ ਦੇਰੀ ਨਾਲ ਆਉਂਦੇ ਫੜੇ ਗਏ ਨੇ। ਉਹਨਾਂ ਮੁਲਾਜ਼ਮਾਂ ਦੀ ਪੰਚਾਇਤ ਅਫਸਰ ਬਲਜੀਤ ਕੌਰ ਖਾਲਸਾ ਨੇ ਕਿਵੇਂ ਲਗਾਈ ਕਲਾਸ, ਉਹ ਬਾਅਦ ਦੇ ਵਿੱਚ ਦਿਖਾਵਾਂਗੇ। ਪਹਿਲਾਂ ਦੇਰੀ ਨਾਲ ਇਹ ਮੁਲਾਜ਼ਮਾਂ ਦੀ ਗੱਲ ਸੁਣ ਲਓ, ਉਹ ਕੀ ਕਹਿ ਰਹੇ ਨੇ। ਮੈਨੂੰ ਪੁੱਛਿਆ ਗਿਆ ਸੀਗਾ ਜੀ 9:15 ਮੈਡਮ ਨੇ ਜਦੋਂ ਆਉਣ ਤੋਂ ਪਹਿਲਾਂ ਰਜਿਸਟਰ ਇੱਥੇ ਚਾਹੀਦਾ, ਲੋਕ ਲੱਗਿਆ ਹੋਇਆ ਸੀਗਾ, ਤੁਸੀਂ ਹੈ ਨਹੀਂ ਸੀਗੇ? ਨਹੀਂ, ਮੈਂ ਦਫ਼ਤਰ ਹੀ ਸੀਗਾ ਜੀ। ਕਿੰਨੇ ਮੈਡਮ? 9:05 ਤੱਕ ਆ ਗਿਆ ਸੀਗਾ। 9:17 ਤੇ ਮੈਂ ਗਰੁੱਪ 'ਚ ਪਾਇਆ ਗਿਆ ਸਬੂਤ। 9:17 ਤੇ ਮੈਸੇਜ ਪਾਇਆ ਜਦੋਂ ਤੁਸੀਂ ਹੈ ਨਹੀਂ ਸੀ? ਲੋਕ ਸਫਾਈ ਹੋ ਰਹੀ ਸੀਗੀ ਜੀ ਅੰਦਰ, ਅਸੀਂ ਬਾਹਰ ਖੜੇ ਸੀਗੇ ਜੀ ਦਫ਼ਤਰ ਦੇ। ਲੋਕ ਤਾਂ ਲੱਗਿਆ ਹੋਇਆ ਸੀ, ਸਫਾਈ ਕਿੱਥੇ ਹੋ ਰਹੀ? ਸਾਰਾ ਦਫ਼ਤਰ ਦੀ ਸਫਾਈ ਕਰਾ ਰਹੇ ਸੀਗੇ। ਲੋਕ ਲੱਗਿਆ 9:05 ਤੇ ਮੈਂ ਦਫ਼ਤਰ ਆਉਂਦਾ ਜੀ ਰੋਜ਼ ਹੀ, 9:05-9:10 ਤੱਕ ਅਸੀਂ ਦਫ਼ਤਰ ਆ ਜਾਂਦੇ ਹਾਂ ਸਾਰਾ ਸਟਾਫ। 9:15 ਤੋਂ ਬਾਅਦ ਕਿਉਂ ਆਇਆ? 9:05 ਤੇ ਜੀ ਮੈਂ 9:15 ਕਿਉਂ ਆਊਂਗਾ? ਨਹੀਂ, ਮੈਂ ਕਹਿ ਰਿਹਾ ਲੋਕ ਲੱਗਿਆ। ਮੈਨੂੰ ਮੈਡਮ ਦਾ ਨਹੀਂ ਪਤਾ ਜੀ, ਮੈਂ 9:05 ਤੇ ਦਫ਼ਤਰ ਸੀਗਾ। ਲੋਕ ਲੱਗਿਆ ਮੈਂ ਜਦੋਂ ਆਈ 9:00। ਚਲੋ ਤੁਸੀਂ ਲੈ ਲਓ ਜੀ ਮੈਡਮ ਦਾ ਪੈਨ ਲੈ ਲਓ। ਅਤੇ ਫਿਰ ਇੱਥੇ ਰਜਿਸਟਰ ਨਹੀਂ ਸੀਗਾ ਜਦੋਂ ਮੈਂ ਰਜਿਸਟਰ, ਜਦੋਂ ਮੈਨੂੰ ਪਤਾ ਚੱਲੀ ਮੈਂ ਉਦੋਂ 2 ਮਿੰਟ 'ਚ ਭੇਜਤੇ ਰਜਿਸਟਰ, ਮੈਂ ਆਪ ਲੈ ਕੇ ਆਇਆ ਜੀ ਨਾਲ। ਮੈਂ ਆਇਆ ਜਦੋਂ ਜਦੋਂ ਮੈਡਮ ਆਏ ਨੇ ਜੀ, ਮੈਨੂੰ ਮੈਡਮ ਦਾ ਮੈਸੇਜ ਲੱਗਿਆ ਵੀ ਮੈਡਮ ਰਜਿਸਟਰ ਮੰਗਾ ਰਹੇ ਨੇ, ਮੈਂ 2 ਮਿੰਟ ਬਾਅਦ ਮੈਡਮ ਕੋਲ ਰਜਿਸਟਰ ਲੈ ਕੇ ਆ ਗਿਆ। ਠੀਕ ਹੈ। ਸਰ ਬਾਕੀ ਮੁਲਾਜ਼ਮਾਂ ਦੀ ਜੀ ਹੁਣ ਅਸੀਂ ਜਵਾਬ ਤਲਬ ਵੀ ਕਰ ਰਹੇ ਹਾਂ, ਜਿਹੜੇ ਆਏ ਨਹੀਂ ਹੈਗੇ। ਅੱਛਾ। ਹਾਂ, ਇਹਨਾਂ ਨੂੰ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ, ਭਾਈ ਸਮੇਂ ਸਿਰ ਸਰਕਾਰ ਦਾ ਹੁਕਮ ਆ ਵੀ ਸਮੇਂ ਸਿਰ ਦਫ਼ਤਰ ਆਓ, ਅਤੇ ਅਸੀਂ ਹੁਣ ਜਿਹੜੇ ਨਹੀਂ ਆਏ ਹੈਗੇ ਜੀ, ਮੈਂ ਮੈਡਮ ਦਾ ਮੁਲਾਜ਼ਮ ਤਾਂ ਜੀ ਤਕਰੀਬਨ ਘੱਟੋ ਘੱਟ 10-12 ਗੈਰ ਹਾਜ਼ਰ ਨੇ ਜੀ। ਪਹਿਲਾਂ ਵੀ ਪਿਛਲੀ ਵੀ ਇੱਕ ਰੇਡ ਪਈ ਸੀ, MLA ਨਾਭਾ ਨੇ ਮਾਰੀ ਸੀ, ਅੱਜ ਵੀ ਬੇਨੀ ਉਹ 2:15 ਮਾਰੀ ਸੀਗੀ, ਉਹ ਬਾਅਦ ਦੁਪਹਿਰ ਮਾਰੀ ਸੀਗੀ, ਲਗਾਤਾਰ ਹੋ ਰਹੀਆਂ ਨੇ ਦਫ਼ਤਰ ਦੇ ਅੰਦਰ। ਉਹ ਸਰ ਹੁਣ ਆਪਾਂ ਮੁਲਾਜ਼ਮ ਨੂੰ ਸਮਝਾਈ ਸਕਦੇ ਹਾਂ, ਚਿੱਠੀ ਪੱਤਰ ਕਰ ਸਕਦੇ ਹਾਂ, ਆਉਣਾ ਨਾ ਆਉਣਾ ਇਹ ਤਾਂ ਉਹਨਾਂ ਦੀ ਆ ਨਾ। ਹੁਣ ਅਸੀਂ ਉਹਨਾਂ ਦੀ ਅਸੀਂ ਜਵਾਬ ਤਲਬ ਵੀ ਲਿਖ ਰਹੇ ਹਾਂ, ID ਸਾਹਿਬ ਨੂੰ ਵੀ ਲਿਖ ਰਹੇ ਹਾਂ, ਅਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਨਾ ਸਮੇਂ ਸਪਸ਼ਟ ਨਾ ਕੋਈ ਜਵਾਬ ਦਿੱਤਾ ਫਿਰ ਉਹਨਾਂ ਦੇ ਖਿਲਾਫ਼ ਡਾਇਰੈਕਟਰ ਸਾਹਿਬ ਨੂੰ ਲਿਖ ਦਾਂਗੇ ਸਾਰਿਆਂ ਦੇ। ਜਤਿੰਦਰ ਹੈ ਜੀ ਮੇਰਾ ਨਾਮ। ਕੀ ਪੋਸਟ ਹੈ ਤੁਹਾਡੀ? ਮੈਂ ਜੀ CA ਦਾ ਚਾਰਜ ਮਿਲਿਆ ਮੈਨੂੰ ਨਾਭੇ ਦਾ। ਅਤੇ ਤੁਸੀਂ ਲੇਟ ਕਿਉਂ ਹੋਏ ਅੱਜ? ਸਰ ਬੱਸ ਥੋੜ੍ਹੀ ਲੇਟ ਹੋ ਗਈ ਸੀ ਅੱਜ, ਮੈਂ ਤਾਂ ਬੱਸ ਨਾਲ ਦੇ ਨਾਲ 8:50 'ਤੇ ਬਹਿ ਗਿਆ ਸੀਗਾ। ਦਫ਼ਤਰ ਕਿੰਨੇ ਵਜੇ ਲੱਗਦਾ ਜੀ? 9:00 ਲੱਗਦਾ ਜੀ। ਕਿੰਨੇ ਵਜੇ ਆਏ ਹੋ ਤੁਸੀਂ? ਮੈਂ ਉੜੇ ਆਇਆ ਜੀ 9:25 ਤੇ ਆਇਆ। ਅੱਛਾ, ਲੇਟ ਹੋ ਗਏ, ਹਰ ਰੋਜ਼ ਲੇਟ ਹੋ ਰਿਹਾ? ਨਹੀਂ ਜੀ ਨਹੀਂ, ਅੱਜ ਹੀ ਹੋਇਆ, ਅੱਜ ਥੋੜ੍ਹੀ ਬੱਸ ਮਿਸ ਹੋ ਗਈ ਸੀ ਪਟਿਆਲੇ ਤੋਂ ਆਉਂਦਾ ਜੀ ਮੈਂ। ਅੱਛਾ। ਸਰ ਮੇਰਾ ਨਾਮ ਕਰਨਵੀਰ ਸਿੰਘ ਹੈ, ਮੈਂ SCPO ਐਜ਼ ਆ ਲੱਗਿਆ ਬਿਲਡਿੰਗ ਦਫ਼ਤਰ ਨਾਭੇ ਜੀ। ਜਿਹੜੀ ਮੈਮ ਨੇ ਅੱਜ ਰੇਡ ਮਾਰੀ ਸੀ, ਤੁਸੀਂ ਕਿੱਥੇ ਸੀ ਉਸ ਟਾਈਮ? ਮੈਡਮ ਇੱਕ ਨਾ ਸਰ ਅਸੀਂ ਬੋਲੀਆਂ ਕੀਤੀਆਂ ਨੇ ਪੰਚਾਇਤੀ ਲੈਣ ਦੀਆਂ, ਚਪੋਤੇਦਾਰਾਂ ਤੋਂ ਚੈੱਕ ਲੈ ਰਿਹਾ ਸੀਗਾ, ਉਹਨਾਂ ਨੂੰ ਸਵੇਰੇ ਬੁਲਾਇਆ ਸੀ, ਟਾਈਮ ਦਿੱਤਾ ਸੀਗਾ, ਚੈੱਕ ਲੈ ਰਿਹਾ ਸੀ, ਤੁਸੀਂ ਦੇਖ ਸਕਦੇ ਹੋ। ਹਾਂਜੀ, ਇਸ ਕਰਕੇ ਆ ਗਏ ਸੀ ਟਾਈਮ ਨਾਲ ਸਰ, ਬਾਹਰ ਖੜਾ ਸੀਗਾ, ਉੱਥੇ ਚੈੱਕ ਲੈ ਰਿਹਾ ਸੀ ਉਹਨਾਂ ਨੂੰ। ਉਧਰ ਮੌਕੇ ਤੇ ਐਕਸ਼ਨ ਲੈਂਦੇ ਹੋਏ ਅਫਸਰ ਬਲਜੀਤ ਕੌਰ ਖਾਲਸਾ ਹੋਰਾਂ ਨੇ ਜੋ ਕਿਹਾ ਉਹ ਵੀ ਸੁਣੋ। ਹਾਂਜੀ, ਮੈਂ ਬਲਜੀਤ ਕੌਰ ਖਾਲਸਾ, BDPO ਨਾਭਾ। ਮੈਂ 9:00 ਦਫ਼ਤਰ ਆਈ ਤਾਂ ਸੁਪਰਡੈਂਟ ਦੀਪਕ ਜਿੰਦਲ ਦਾ ਕਮਰਾ ਜਿਹੜਾ ਉਹ ਬੰਦ ਸੀ ਜੀ, ਅਤੇ ਮੈਨੂੰ ਰਜਿਸਟਰ, ਹਾਜ਼ਰੀ ਰਜਿਸਟਰ, ਦੌਰਾ ਰਜਿਸਟਰ ਵੀ ਨਹੀਂ ਮਿਲੇ। ਅਤੇ ਫਿਰ ਮੈਂ ਗਰੁੱਪ 'ਚ ਪਾਇਆ 9:17 'ਤੇ, ਉਡੀਕ ਕੇ 17 ਮਿੰਟ ਮੈਂ ਉਡੀਕੇ, ਅਤੇ ਵੀ ਕੀ ਗੱਲ ਦਫ਼ਤਰ ਕਿਉਂ ਨਹੀਂ ਆਏ। ਅਤੇ ਫਿਰ ਤੁਰੰਤ ਦੀਪਕ ਨੇ ਆ ਕੇ ਲੋਕ ਖੋਲ੍ਹਿਆ ਜੀ, ਰਜਿਸਟਰ ਪੇਸ਼ ਕੀਤਾ। ਅਤੇ ਇਸ ਤੋਂ ਇਲਾਵਾ ਦੀਪਕ ਜਿੰਦਲ ਵੀ ਗੈਰ ਹਾਜ਼ਰ ਸੀ ਜਦੋਂ ਮੈਂ ਆਈ ਹਾਂ, ਅਤੇ ਬਾਕੀ ਕਾਫੀ ਹੋਰ ਮੁਲਾਜ਼ਮ ਗੈਰ ਹਾਜ਼ਰ ਸੀਗੇ। ਉਹਨਾਂ ਦੇ ਖਿਲਾਫ਼ ਨਾ ਜੀ ਮੈਂ ਜਵਾਬ ਤਲਬੀ ਕੀਤੀ ਹੈ, ਐਬਸੈਂਟ ਕੀਤੇ ਨੇ, ਅਤੇ ਸਰਕਾਰ ਨੂੰ ਲਿਖ ਕੇ ਭੇਜੂੰਗੀ ਜੀ ਮੈਂ ਉਹਨਾਂ ਦੇ ਖਿਲਾਫ਼। ਹਾਂਜੀ, ਮੈਂ ਤਾਂ ਸਮੇਂ ਸਮੇਂ ਹਦਾਇਤਾਂ ਵੀ ਜਾਰੀ ਕਰਦੀ ਰਹਿੰਦੀ ਹਾਂ ਜੀ,
ਕਿ ਸਰਕਾਰ ਦੇ ਅਨੁਸਾਰ ਕੰਮ ਕਰਨਾ ਚਾਹੀਦਾ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਜੀ। ਹਾਂਜੀ, ਇਹੀ ਦੇਸ਼ ਨੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ। ਖਾਲਸਾ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਡਿਊਟੀ 'ਤੇ ਦੇਰੀ ਨਾਲ ਆਉਂਦੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਹਨਾਂ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੀ ਜਾਵੇਗੀ। ਹਕੀਕੀ ਟੀ ਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।